ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਬਣਾ ਰਹੇ ਹਾਂ ਖੀਰ ਪੂੜੇ। ਖੀਰ ਪੂੜੇ ਅਸੀਂ ਬਣਾ ਰਹੇ ਹਾਂ, ਤੁਹਾਨੂੰ ਦੱਸਦੇ ਹਾਂ ਵੀ ਕਿਸ ਤਰ੍ਹਾਂ ਬਣਾਈ ਦੇ ਆ। ਖੀਰ ਬਣਾਉਣ ਵਾਸਤੇ ਅਸੀਂ ਕੁੱਕਰ ਵਿੱਚ ਅਸੀਂ ਆਹ 1 ਕੌਲੀ ਪਹਿਲਾਂ ਪਾਣੀ ਪਾਤਾ। ਇਸ ਤੋਂ ਬਾਅਦ ਅਸੀਂ ਆ 1/2 ਲੀਟਰ ਦੁੱਧ ਪਾਇਆ ਜੀ। ਪਹਿਲਾਂ ਇਹ ਪਹਿਲਾਂ 1 ਕੌਲੀ ਆ ਧੋ ਕੇ ਰੱਖੇ ਹੋਏ ਰਾਈਸ ਪਾਤੇ। ਰਾਈਸ ਪਾਉਣ ਨਾਲ ਅਸੀਂ ਇੰਸਟੈਂਟ ਖੀਰ ਬਣਾਵਾਂਗੇ ਜਿਹੜੀ ਜਲਦੀ ਬਣਦੀ ਆ। ਹੁਣ ਅਸੀਂ ਇਹਨੂੰ ਹੌਲੀ ਹੌਲੀ ਹਿਲਾਈ ਜਾਣਾ। ਹੌਲੀ ਹੌਲੀ ਹਿਲਾਉਣ ਨਾਲ ਕੀ ਹੋਊਗਾ, ਇਹ ਥੱਲੇ ਨਹੀਂ ਲੱਗਣਗੇ ਜਿੰਨਾ ਚਿਰ ਇਹ ਰਿੱਝਦੇ ਆ। ਉਸ ਤੋਂ ਬਾਅਦ ਅਸੀਂ ਇਹਨੂੰ ਕੁੱਕਰ ਨੂੰ ਬੰਦ ਕਰ ਦਾਂਗੇ। ਕੁੱਕਰ ਨੂੰ ਬੰਦ ਕਰਕੇ ਅਸੀਂ ਦੋ ਵਿਸਲਾਂ ਦੇ ਦਾਂਗੇ। ਦੋ ਵਿਸਲਾਂ ਦੇਣ ਤੋਂ ਬਾਅਦ ਫਿਰ ਕੁੱਕਰ ਖੋਲ੍ਹਣ ਤੱਕ ਅਸੀਂ ਇਹਨੂੰ ਬੰਦ ਰੱਖਾਂਗੇ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜਦੋਂ ਕੁੱਕਰ ਖੋਲ੍ਹਤਾ ਵਿੱਚ ਸੌਗੀ ਪਾਵਾਂਗੇ। ਆਪਸ਼ਨਲ ਹੈ, ਜੇ ਹੈ ਘਰ ਹੈਗੀ ਤਾਂ ਪਾ ਲਓ। ਇਹ ਐਲਮੰਡ ਦਾ ਇਹ ਪਿਸਤਾ, ਇਹ 1 ਕੌਲੀ ਰਾਈਸ ਸੀ, 1 ਕੌਲੀ ਸ਼ੂਗਰ ਦੀ ਪਊਗੀ ਇਹਦੇ ਵਿੱਚ। ਇਹ ਮਟੀਰੀਅਲ ਇਨਗਰੀਡੀਅੰਟ ਹੈ ਸਾਰੇ ਪੈਨ ਵਾਲੇ। ਜੇ ਸਾਰੇ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਆਪ ਕਰ ਲੈਣਾ। ਨਵੀਂ ਵੀਡੀਓ ਆਉਣ ਨਾਲ ਤੁਹਾਨੂੰ ਸਾਰੀਆਂ ਮਿਲ ਜਾਣਗੀਆਂ। ਇਸ ਕਰਕੇ ਹੁਣ ਅਸੀਂ ਬਣਾਉਣਾ ਸ਼ੁਰੂ ਕਰਦੇ ਹਾਂ। ਜਿੰਨਾ ਚਿਰ ਅਸੀਂ ਵਿਸਲ ਆਉਂਦੀ ਕੁੱਕਰ ਦੀ, ਉਹਨਾਂ ਚਿਰ ਅਸੀਂ ਤੁਹਾਨੂੰ ਵਿਸਲ ਆਈ ਤੋਂ ਦਿਖਾਉਂਦੇ ਹਾਂ। ਉਹਨਾਂ ਚਿਰ ਮੈਂ ਆ ਦੇਖੋ ਪੂਰਿਆਂ ਲਈ 2 ਪੇਸੀਆਂ ਗੁੜ ਦੀਆਂ ਅਤੇ 1/2 ਲੀਟਰ ਪਾਣੀ ਆ ਇਹਦੇ ਵਿੱਚ, ਅਤੇ ਸੌਂਫ 1 ਸਪੂਨ ਸੌਂਫ ਦਾ ਭਿਓ ਕੇ ਰੱਖਿਆ ਹੋਇਆ। ਅਤੇ ਇਹਦੇ ਵਿੱਚ ਬਾਅਦ ਵਿੱਚ ਅਸੀਂ ਇਹਨੂੰ ਜਦੋਂ ਇਹ ਘੁਲ ਗਿਆ ਨਾ, ਅਜੇ ਘੁਲਿਆ ਨਹੀਂ, ਜੋ ਘੁਲ ਗਿਆ ਫਿਰ ਅਸੀਂ ਪੂੜਿਆਂ ਦਾ ਬਣਾਵਾਂਗੇ। ਅਸੀਂ ਪੁਰਾਣੇ ਸਟਾਈਲ ਨਾਲ ਵੀ ਬਣਾਵਾਂਗੇ ਪੂੜੇ, ਨਵੇਂ ਸਟਾਈਲ ਨਾਲ ਵੀ ਬਣਾਵਾਂਗੇ। ਦੇਖ ਸਕਦੇ ਤੁਸੀਂ ਸਾਡੇ ਚੌਲ ਐਂਡ ਰਾਈਸ ਬਿਲਕੁਲ ਗਲ ਗਏ ਆ। ਹੁਣ ਅਸੀਂ ਥੋੜ੍ਹਾ ਜਿਹਾ ਦੁੱਧ ਪਾਇਆ, ਥੋੜ੍ਹਾ ਜਿਹਾ ਪਾਇਆ, ਅਤੇ ਅਸੀਂ ਇਹਨਾਂ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ। ਇਹ ਇੱਕਦਮ ਘੁਲ ਜਾਣਗੇ, ਨਾਲ ਅਸੀਂ ਇੱਕ ਸਾਈਡ 'ਤੇ ਇੱਧਰ ਦੁੱਧ ਗਰਮ ਰੱਖਤਾ ਹੋਰ ਨਾਲੇ ਅਸੀਂ ਇਹਦੇ ਵਿੱਚ ਸੌਗੀ ਪਾ ਦਿੰਦੇ ਹਾਂ ਅਤੇ ਉਹ ਫੁੱਲ ਜੂਗੀ। ਹੁਣ ਅਸੀਂ ਇਹਨੂੰ ਹਿਲਾਈ ਜਾਣਾ ਸੌਗੀ ਪਾ ਕੇ, ਵਿੱਚ ਹੀ ਸੌਗੀ ਫੁੱਲਦੀ ਰਹੂਗੀ, ਨਾਲ ਰਾਈਸ ਜਿਹੜੇ ਆ ਐਨ ਹੁੰਦੇ ਰਹਿਣਗੇ। ਨਾਲ ਅਸੀਂ ਥੋੜ੍ਹਾ ਥੋੜ੍ਹਾ ਜਿਵੇਂ ਜਿਵੇਂ ਦੁੱਧ ਪੀਂਦਾ ਰਾਈਸ ਦੁੱਧ ਪੀਂਦੇ ਜਾਣਗੇ, ਨਾਲ ਦੁੱਧ ਗਰਮ ਧਰਿਆ ਉਹ ਪਾਉਂਦੇ ਜਾਵਾਂਗੇ। ਗਰਮ ਦੁੱਧ ਪਾਉਣ ਦਾ ਮਤਲਬ ਇਹ ਆ ਕਿਉਂਕਿ ਬਿਜਲੀ ਦਾ ਹੀਟਰ ਹੈ ਥੱਲੇ, ਅੱਗ ਨਾ ਨਿਕਲੇ। ਆਹ ਕੇਸਰ ਪਾ ਕੇ ਦੁੱਧ ਗਰਮ ਕੀਤਾ, ਉਹ ਪਾ ਦੇਣਾ, ਸਾਰਾ ਹੀ ਪਾ ਦੇਣਾ, ਕਿਉਂਕਿ ਕੇਸਰ ਵਾਲਾ ਨਾ ਆਲਮੋਸਟ 2 ਕਿਲੋ ਦੁੱਧ ਪੀ ਗਿਆ 1 ਕੌਲੀ ਰਾਈਸ ਨਾ। 1 ਕੌਲੀ 100 ਗ੍ਰਾਮ ਰਾਈਸ ਹੋਣੇ ਆ। ਦੇਖੋ ਖੀਰ ਐਨ ਘੁਲਦੀ ਜਾਂਦੀ ਆ, ਮਲਾਈ ਵਰਗੀ ਹੋ ਜਾਣੀ ਹੈ ਜੋ ਘੁਲ ਗਈ। ਹੁਣ ਅਸੀਂ ਇਹਦੇ ਵਿੱਚ ਖੰਡ ਪਾ ਦਿੰਦੇ ਹਾਂ। 1 ਕੌਲੀ ਰਾਈਸ ਸੀਗੇ, 1 ਕੌਲੀ ਖੰਡ ਦੀ ਪਾ ਦਿੰਦੇ ਹਾਂ। ਬਾਕੀ ਮਿੱਠਾ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਤੁਸੀਂ। ਅਤੇ ਮਿੱਠੇ ਦੀ ਕੋਈ ਪ੍ਰੋਬਲਮ ਨਹੀਂ। ਇਹਨੇ ਦੇਖੋ ਕਿੰਨੀ ਗਾੜੀ ਹੈ। ਹੁਣ ਅਸੀਂ ਸ਼ੂਗਰ ਪਾਉਣ ਨਾਲ, ਜੋ ਸ਼ੂਗਰ ਘੁਲ ਗਈ ਨਾ ਫਿਰ ਰੇਜਾ ਪੈ ਗਿਆ, ਫਿਰ ਅਸੀਂ ਗੈਸ ਨੂੰ ਬੰਦ ਕਰ ਦਿੰਦੇ ਹਾਂ। ਥੋੜ੍ਹੇ ਜਿਹੇ ਡਰਾਈ ਫਰੂਟ ਅਸੀਂ ਵਿੱਚ ਪਾ ਦਿੰਦੇ ਹੁਣ, ਥੋੜ੍ਹੇ ਜਿਹੇ ਅਸੀਂ ਗਾਰਨਿਸ਼ ਲਈ ਰੱਖ ਲਾਂਗੇ। ਇਹ ਆਪਸ਼ਨਲ ਹੈ, ਜੇ ਡਰਾਈ ਫਰੂਟ ਪਾਉਣੇ ਹੈ, ਜੇ ਘਰ ਹੈਗੇ ਪਾ ਦਿਓ, ਕੋਈ ਜ਼ਰੂਰੀ ਨਹੀਂ ਹੁੰਦਾ। ਸਾਡੀ ਕਿੰਨੀ ਸੋਹਣੀ ਖੋਏ ਮਲਾਈ ਵਰਗੀ ਖੀਰ ਤਿਆਰ ਹੋ ਗਈ ਆ। ਹੁਣ ਅਸੀਂ ਤੁਹਾਨੂੰ ਇਹਨੂੰ ਬੋਲਸ ਕਰ, ਇਹ ਨਾ ਠੰਡੀ ਹੋ ਕੇ ਬਹੁਤ ਗਾੜੀ ਹੋ ਜਾਣੀ, ਹੋਰ ਗਾੜੀ ਹੋ ਜਾਣੀ ਆ, ਇਸ ਕਰਕੇ ਥੋੜ੍ਹੀ ਜਿਹੀ ਅਸੀਂ ਇਹਨੂੰ ਨਾ ਢਿੱਲੀ ਰੱਖਿਆ।
ਹੁਣ ਅਸੀਂ ਇਹਨੂੰ ਗਾਰਨਿਸ਼ ਕਰਦੇ ਹਾਂ, ਸਰਵਿਸ ਬਾਊਲ ਵਿੱਚ ਪਾ ਕੇ ਇਹਨੂੰ ਗਾਰਨਿਸ਼ ਕਰਦੇ ਹਾਂ ਬਦਾਮ ਅਤੇ ਪਿਸਤੇ ਨਾਲ। ਲਓ ਦੇਖੋ ਲੰਬਸ ਘੁਲ ਗਏ ਇੱਕਦਮ ਇਹਦੇ। ਹੁਣ ਅਸੀਂ ਇਹਨੂੰ 5 ਮਿੰਟ ਢੱਕ ਕੇ ਰੱਖ ਦਾਂਗੇ, ਫਿਰ 5 ਮਿੰਟ ਬਾਅਦ ਤੁਹਾਨੂੰ ਦਿਖਾਉਂਦੇ ਹਾਂ। ਅਸੀਂ ਪੂਰੇ ਪੁਰਾਣੇ ਸਟਾਈਲ ਨਾਲ ਪਹਿਲਾਂ ਬਣਾਵਾਂਗੇ, ਜਿਸ ਤਰ੍ਹਾਂ ਮੇਰੇ ਮਦਰ ਜਿਸ ਤਰ੍ਹਾਂ ਪਹਿਲਾਂ ਬਣਾਉਂਦੇ ਹੁੰਦੇ ਸੀ ਨਾ, ਉਸ ਤਰ੍ਹਾਂ ਗੁੜ ਦੇ ਪੂਰੇ ਤਲਨੇ ਨਹੀਂ ਸ਼ੈਡੋ ਫਰਾਈ ਕਰਦੇ ਹੁੰਦੇ ਸੀ ਉਹ, ਫਿਰ ਬਣਾਉਂਦੇ ਹਾਂ ਅਸੀਂ 5 ਮਿੰਟ ਬਾਅਦ ਇਹਨੂੰ 5 ਮਿੰਟ 7 ਮਿੰਟ ਢੱਕ ਦਈਏ ਕਿਉਂਕਿ ਆਟਾ ਫੁੱਲ ਜਾਵੇ। ਦੇਖੋ ਸਾਡਾ ਇਹੋ ਜਿਹਾ ਹੋ ਗਿਆ। ਹੁਣ ਅਸੀਂ ਇਹਨਾਂ ਨੂੰ ਫਰਾਈ ਸ਼ੈਡੋ ਫਰਾਈ ਕਰਾਂਗੇ। ਬਸ ਇੰਨਾ ਕੁ ਤੇਲ ਪਾਉਣਾ ਇੱਕ ਚਮਚੇ ਨਾਲ, ਕਿਉਂ ਇਸ ਤਰ੍ਹਾਂ ਹੀ ਬਣਾਉਂਦੇ ਹੁੰਦੇ ਸੀ ਸਾਡੇ ਮਦਰ ਪਹਿਲਾਂ ਨਾ। ਦੇਖੋ ਇਹ ਹੁਣ ਅਸੀਂ ਸਪੈਚੁਲਾ ਯੂਜ ਕਰਦੇ ਹਾਂ ਨਾ, ਅੱਗੇ ਪਹਿਲਾਂ ਨਾ ਨੌਨ ਸਟਿਕ ਹੁੰਦੇ ਸੀ, ਤਵੇ 'ਤੇ ਪਾ ਕੇ ਉਹਨਾਂ ਨੇ ਪਿੱਪਲ ਦਾ ਪੱਤਾ ਦੂਰਾ ਕਰਕੇ ਐਂ ਕਰਕੇ ਅਤੇ ਉਹਦੇ ਨਾਲ ਹਿਲਾਉਂਦੇ ਹੁੰਦੇ ਸੀ। ਦੇਖੋ ਮੱਧਮ ਮੱਧਮ ਅੱਗ 'ਤੇ ਬਣਾਉਣਾ, ਮੀਡੀਅਮ ਟੂ ਲੋ। ਅਤੇ ਦੇਖੋ ਮੈਂ ਥੱਲ ਕੇ ਦਿਖਾਉਂਦੀ ਹਾਂ, ਥੋੜ੍ਹਾ ਸਾਈਡਾਂ 'ਤੇ ਆਇਲ ਲਾਵਾਂਗੇ। ਅਜੇ ਕੱਚਾ, ਜੋ ਸਾਈਡਾਂ ਤੋਂ ਬਰਾਊਨ ਹੋ ਗਿਆ ਉਦੋਂ ਸਮਝੋ ਬਣ ਗਿਆ। ਅਜੇ ਸਾਈਡਾਂ ਤੋਂ ਕੱਚਾ। ਇਸ ਤੋਂ ਬਾਅਦ ਮੈਂ ਦੂਸਰੇ ਪੂੜੇ ਵੀ ਪਕਾਉਂਗੀ, ਖੰਡ ਵਾਲੇ ਅਤੇ ਮੈਦੇ ਵਾਲੇ ਜਿਹੜੇ ਅੱਜ ਕੱਲ੍ਹ ਬਣਾਉਂਦੇ ਆ, ਬਨਾਨਾ ਪੂੜਾ ਬਣਾਉਂਗੀ। ਤੁਸੀਂ ਦੇਖਦੇ ਰਹਿਣਾ ਸ਼ੁਰੂ ਤੋਂ ਲਾ ਕੇ ਐਂਡ ਤੱਕ ਦੇਖਣਾ ਮੇਰੀ ਵੀਡੀਓ, ਅਤੇ ਫਿਰ ਬਣਾ ਕੇ ਦੱਸਣਾ। ਅੱਗੇ ਕਹਿੰਦੇ ਹੁੰਦੇ ਸੀ ਸਾਉਣ ਦੇ ਵਿੱਚ ਖੀਰ ਪੂੜੇ ਖਾਣੇ ਸਗਨ ਹੁੰਦਾ, ਜੋ ਸਭ ਤੋਂ ਪਹਿਲਾਂ ਮੀਂਹ ਪੈਂਦਾ ਸੀ ਨਾ ਉਦੋਂ ਹਰ ਘਰ ਵਿੱਚ ਖੀਰ ਅਤੇ ਪੂੜੇ ਬਣਦੇ ਹੁੰਦੇ ਸੀ। ਖੀਰ ਪੂੜੇ ਖਾਣੇ ਅਤੇ ਕਹਿਣਾ ਹੁਣ ਸਾਉਣ ਮਹੀਨੇ ਦਾ ਸਗਨ ਹੋ ਗਿਆ। ਜਿਹਨੇ ਖੀਰ ਨਹੀਂ ਖਾਧੀ ਉਹਨੇ ਕਹਿਣਾ ਇਹ ਕੋਈ ਦੁਨੀਆ 'ਤੇ ਆਇਆ ਬੰਦਾ, ਇਹਨੇ ਸਾਉਣ 'ਚ ਖੀਰ ਹੀ ਨਹੀਂ ਖਾਧੀ। ਇਸ ਤਰ੍ਹਾਂ ਕਰਕੇ ਅਸੀਂ ਸਾਰੇ ਤਲ ਲੈਣੇ ਆ, ਕੱਢ ਲੈਣੇ ਆ, ਨਾਲੇ ਇਹਨਾਂ 'ਚ ਤੇਲ ਨਹੀਂ ਜ਼ਿਆਦਾ। ਦੇਖੋ ਸਾਡਾ ਇੱਕ ਪੂੜਾ ਤਿਆਰ ਹੋ ਗਿਆ, ਹੁਣ ਅਸੀਂ ਇਸ ਤਰ੍ਹਾਂ ਹੀ ਦੂਸਰਾ ਕਰ ਲਾਂਗੇ। ਨਾਲੇ ਦੇਖੋ ਤੇਲ ਨਹੀਂ ਜ਼ਿਆਦਾ, ਹਜਮ ਵੀ ਸੌਖਾ ਹੋ ਜਾਂਦਾ। ਲਓ ਇਸ ਤਰ੍ਹਾਂ ਬਣਾਓ ਅਤੇ ਖਾ ਕੇ ਦੱਸਿਓ। ਮੈਂ ਇਹਦੀ ਪੁਰਾਣੀ ਗੱਲ ਦੱਸਾਂ, ਪੁਰਾਣੇ ਕਹਿੰਦੇ ਹੁੰਦੇ ਸੀ ਜੇ ਸੌਣ ਨਾ ਖਾਧੀ ਖੀਰ ਕਾ ਜੱਗ 'ਤੇ ਕਾਹਨੂੰ ਆਇਆ ਅਪਰਾਧੀ ਆ, ਜੇ ਸੌਣ ਨਾ ਖਾਧੀ ਆ ਖੀਰ। ਇਹਦਾ ਮਤਲਬ ਹੈ ਜੱਗ 'ਤੇ ਕੀ ਅਪਰਾਧ ਕੀਤਾ ਆ ਕੇ ਜੇ ਤੁਸੀਂ ਸੌਣ ਵਿੱਚ ਖੀਰ ਬਣਾ ਕੇ ਨਹੀਂ ਖਾਧੀ ਤਾਂ। ਇਹਦਾ ਮਤਲਬ ਇਹ ਵਾ, ਪੁਰਾਣੇ ਬਜ਼ੁਰਗਾਂ ਦੀ ਇਹ ਕਹਾਵਤ ਹੁੰਦੀ ਸੀ। ਲਾਈਕ ਅਤੇ ਸ਼ੇਅਰ ਕਮੈਂਟ ਜ਼ਰੂਰ ਕਰਿਓ। ਥੈਂਕ ਯੂ।